ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੈ ਜੀ ਗੁਰਜੀਤ ਸਿੰਘ। ਗੁਰਜੀਤ ਸਿੰਘ ਜੀ, ਕੀ ਮਸਲਾ ਹੈਗਾ? ਮਸਲਾ ਇਹ ਹੈ ਜੀ, ਜਿਹੜੀਆਂ ਆਪਣਾ ਹਿਮਾਚਲ ਪ੍ਰਦੇਸ਼ ਦੀਆਂ ਪ੍ਰਾਈਵੇਟ ਮਿੰਨੀ ਬੱਸਾਂ ਨੂੰ ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਰੂਟ ਦਾ ਟਾਈਮ ਟੇਬਲ ਦਿੱਤਾ ਗਿਆ ਹੈ, ਉਹਦੇ ਨਾਲ ਸਾਡੇ ਡੀਪੂ ਦੀਆਂ ਬੱਸਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਇਹ ਜਿਹੜੀਆਂ ਬੱਸਾਂ ਇਹਦੇ ਵਿੱਚ ਪਾਈਆਂ ਗਈਆਂ ਨੇ ਟਾਈਮ ਟੇਬਲ ਦੇ ਵਿੱਚ, ਇਹ ਗਲਤ ਢੰਗ ਨਾਲ ਪਾਈਆਂ ਗਈਆਂ ਨੇ। ਪੰਜਾਬ ਸਰਕਾਰ ਅਤੇ ਹਿਮਾਚਲ ਸਰਕਾਰ ਵਿਚਕਾਰ ਮਾਰਚ 2021 ਵਿਚਕਾਰ ਅੰਤਰਰਾਜੀ ਰੈਸੀਪ੍ਰੋਕਲ ਐਗਰੀਮੈਂਟ ਹੋਇਆ ਸੀਗਾ। ਉਸ ਵਿੱਚ ਇਹਨਾਂ ਨੂੰ ਪੰਜਾਬ ਏਰੀਏ ਦਾ ਕੋਰੀਡੋਰ ਦਿੱਤਾ ਗਿਆ, ਜੋ ਕਿ ਨਹੀਂ ਦੇਣਾ ਬਣਦਾ ਸੀਗਾ। ਇਹਨਾਂ ਬੱਸਾਂ ਦੇ ਜੋ ਪਰਮਿਟ ਨੇ ਉਹ ਨੈਣਾ ਦੇਵੀ ਤੋਂ ਗੁਰੂ ਕਾ ਲਾਹੌਰ ਦੇ ਨੇ ਵਾਇਆ ਅਨੰਦਪੁਰ ਸਾਹਿਬ। ਇਹਨਾਂ ਬੱਸਾਂ ਨੂੰ ਗੁਰੂ ਕਾ ਲਾਹੌਰ ਜਾਣ ਲਈ, ਨੈਣਾ ਦੇਵੀ ਤੋਂ ਗੁਰੂ ਕਾ ਲਾਹੌਰ ਜਾਣ ਲਈ ਅਨੰਦਪੁਰ ਸਾਹਿਬ ਆਉਣ ਦੀ ਲੋੜ ਨਹੀਂ ਹੈ, ਕਿਉਂਕਿ ਕੌਲਾਂ ਵਾਲਾ ਟੋਭਾ ਜੋ ਕਿ ਰਸਤੇ ਵਿੱਚ ਪੈਂਦਾ ਹਿਮਾਚਲ ਦੇ ਵਿੱਚ ਹੀ ਪੈਂਦਾ, ਅਤੇ ਗੁਰੂ ਕਾ ਲਾਹੌਰ ਜਾਣ ਲਈ ਬਹੁਤ ਵਧੀਆ ਰਸਤਾ ਬਣਿਆ ਹੋਇਆ ਹੈ। ਇਹ ਬੱਸਾਂ ਸਰਕਾਰੀ ਬੱਸਾਂ ਨੂੰ ਨੁਕਸਾਨ ਪਹੁੰਚਾਉਣ ਲਈ ਜਾਣ ਬੁੱਝ ਕੇ ਇਹਨਾਂ ਨੂੰ ਅਨੰਦਪੁਰ ਸਾਹਿਬ ਦੇ ਪਰਮਿਟ ਦਿੱਤੇ ਗਏ ਅਤੇ ਕੋਰੀਡੋਰ ਦਿੱਤਾ ਗਿਆ। ਅਤੇ ਅਸੀਂ ਇਸ ਚੀਜ਼ ਦਾ 2021 ਦੇ ਵਿੱਚ ਵੀ ਵਿਰੋਧ ਕਰਿਆ, 20 ਦੇ ਵਿੱਚ ਵੀ ਕਰਿਆ, 19 ਦੇ ਵਿੱਚ ਵੀ ਕਰਿਆ, ਜਦੋਂ 2019 ਦੇ ਵਿੱਚ ਇਹਦਾ ਡਰਾਫਟ ਤਿਆਰ ਕੀਤਾ ਗਿਆ ਸੀ। ਪਰ ਸਾਡੇ ਇਤਰਾਜ਼ਾਂ ਨੂੰ ਅੱਖੋਂ ਪਰੋਖੇ ਰੱਖ ਕੇ ਇਹਨਾਂ ਨੂੰ ਐਗਰੀਮੈਂਟ ਦੇ ਵਿੱਚ ਸ਼ਾਮਿਲ ਕੀਤਾ ਗਿਆ, ਕੋਰੀਡੋਰ ਦਿੱਤਾ ਗਿਆ, ਲਾਂਘਾ ਦਿੱਤਾ ਗਿਆ। ਅਤੇ ਉਹ ਲਾਂਘਾ ਦੇਣ ਨਾਲ ਪਹਿਲਾਂ ਤਾਂ ਮਤਲਬ ਐਗਰੀਮੈਂਟ ਦੇ ਵਿੱਚ ਹੀ ਕੁਝ ਲੂਜ਼ ਪੋਲ ਛੱਡ ਦਿੱਤੇ ਗਏ, ਜਿਨ੍ਹਾਂ ਨਾਲ ਇਹਨਾਂ ਨੂੰ ਟਾਈਮ ਟੇਬਲ ਲੈਣਾ ਸੌਖਾ ਹੋ ਜਾਵੇ। ਇਹ ਉਸ ਟਾਈਮ ਦੀ ਸਮੇਂ ਦੀ ਸਰਕਾਰ ਵੱਲੋਂ ਲੂਜ਼ ਪੋਲ ਛੱਡੇ ਗਏ, ਉਹ ਲੂਜ਼ ਪੋਲਾਂ ਨੂੰ ਇਹਨਾਂ ਨੇ ਆਧਾਰ ਬਣਾ ਕੇ ਕੋਰਟ ਦੇ ਰਾਹੀਂ ਟਾਈਮ ਟੇਬਲ ਦਿੱਤਾ ਗਿਆ, ਅਤੇ ਸਾਡੇ ਇਤਰਾਜ਼ਾਂ ਨੂੰ ਅੱਖੋਂ ਪਰੋਖੇ ਰੱਖ ਕੇ ਇਹ ਟਾਈਮ ਟੇਬਲ ਦਿੱਤਾ ਗਿਆ, ਜਿਸਦੀ ਬਹੁਤ ਜ਼ਿਆਦਾ ਅਸੀਂ ਨਿਖੇਧੀ ਕਰਦੇ ਹਾਂ। ਇਹ ਟਾਈਮ ਟੇਬਲ ਜਾਰੀ ਹੋਣਾ STU ਦਾ, ਸਰਕਾਰੀ ਬੱਸਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੈ ਜੀ ਗੁਰਜੀਤ ਸਿੰਘ। ਗੁਰਜੀਤ ਸਿੰਘ ਜੀ, ਕੀ ਮਸਲਾ ਹੈਗਾ? ਮਸਲਾ ਇਹ ਹੈ ਜੀ, ਜਿਹੜੀਆਂ ਆਪਣਾ ਹਿਮਾਚਲ ਪ੍ਰਦੇਸ਼ ਦੀਆਂ ਪ੍ਰਾਈਵੇਟ ਮਿੰਨੀ ਬੱਸਾਂ ਨੂੰ ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਰੂਟ ਦਾ ਟਾਈਮ ਟੇਬਲ ਦਿੱਤਾ ਗਿਆ ਹੈ, ਉਹਦੇ ਨਾਲ ਸਾਡੇ ਡੀਪੂ ਦੀਆਂ ਬੱਸਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਇਹ ਜਿਹੜੀਆਂ ਬੱਸਾਂ ਇਹਦੇ ਵਿੱਚ ਪਾਈਆਂ ਗਈਆਂ ਨੇ ਟਾਈਮ ਟੇਬਲ ਦੇ ਵਿੱਚ, ਇਹ ਗਲਤ ਢੰਗ ਨਾਲ ਪਾਈਆਂ ਗਈਆਂ ਨੇ। ਪੰਜਾਬ ਸਰਕਾਰ ਅਤੇ ਹਿਮਾਚਲ ਸਰਕਾਰ ਵਿਚਕਾਰ ਮਾਰਚ 2021 ਵਿਚਕਾਰ ਅੰਤਰਰਾਜੀ ਰੈਸੀਪ੍ਰੋਕਲ ਐਗਰੀਮੈਂਟ ਹੋਇਆ ਸੀਗਾ। ਉਸ ਵਿੱਚ ਇਹਨਾਂ ਨੂੰ ਪੰਜਾਬ ਏਰੀਏ ਦਾ ਕੋਰੀਡੋਰ ਦਿੱਤਾ ਗਿਆ, ਜੋ ਕਿ ਨਹੀਂ ਦੇਣਾ ਬਣਦਾ ਸੀਗਾ। ਇਹਨਾਂ ਬੱਸਾਂ ਦੇ ਜੋ ਪਰਮਿਟ ਨੇ ਉਹ ਨੈਣਾ ਦੇਵੀ ਤੋਂ ਗੁਰੂ ਕਾ ਲਾਹੌਰ ਦੇ ਨੇ ਵਾਇਆ ਅਨੰਦਪੁਰ ਸਾਹਿਬ। ਇਹਨਾਂ ਬੱਸਾਂ ਨੂੰ ਗੁਰੂ ਕਾ ਲਾਹੌਰ ਜਾਣ ਲਈ, ਨੈਣਾ ਦੇਵੀ ਤੋਂ ਗੁਰੂ ਕਾ ਲਾਹੌਰ ਜਾਣ ਲਈ ਅਨੰਦਪੁਰ ਸਾਹਿਬ ਆਉਣ ਦੀ ਲੋੜ ਨਹੀਂ ਹੈ, ਕਿਉਂਕਿ ਕੌਲਾਂ ਵਾਲਾ ਟੋਭਾ ਜੋ ਕਿ ਰਸਤੇ ਵਿੱਚ ਪੈਂਦਾ ਹਿਮਾਚਲ ਦੇ ਵਿੱਚ ਹੀ ਪੈਂਦਾ, ਅਤੇ ਗੁਰੂ ਕਾ ਲਾਹੌਰ ਜਾਣ ਲਈ ਬਹੁਤ ਵਧੀਆ ਰਸਤਾ ਬਣਿਆ ਹੋਇਆ ਹੈ। ਇਹ ਬੱਸਾਂ ਸਰਕਾਰੀ ਬੱਸਾਂ ਨੂੰ ਨੁਕਸਾਨ ਪਹੁੰਚਾਉਣ ਲਈ ਜਾਣ ਬੁੱਝ ਕੇ ਇਹਨਾਂ ਨੂੰ ਅਨੰਦਪੁਰ ਸਾਹਿਬ ਦੇ ਪਰਮਿਟ ਦਿੱਤੇ ਗਏ ਅਤੇ ਕੋਰੀਡੋਰ ਦਿੱਤਾ ਗਿਆ। ਅਤੇ ਅਸੀਂ ਇਸ ਚੀਜ਼ ਦਾ 2021 ਦੇ ਵਿੱਚ ਵੀ ਵਿਰੋਧ ਕਰਿਆ, 20 ਦੇ ਵਿੱਚ ਵੀ ਕਰਿਆ, 19 ਦੇ ਵਿੱਚ ਵੀ ਕਰਿਆ, ਜਦੋਂ 2019 ਦੇ ਵਿੱਚ ਇਹਦਾ ਡਰਾਫਟ ਤਿਆਰ ਕੀਤਾ ਗਿਆ ਸੀ। ਪਰ ਸਾਡੇ ਇਤਰਾਜ਼ਾਂ ਨੂੰ ਅੱਖੋਂ ਪਰੋਖੇ ਰੱਖ ਕੇ ਇਹਨਾਂ ਨੂੰ ਐਗਰੀਮੈਂਟ ਦੇ ਵਿੱਚ ਸ਼ਾਮਿਲ ਕੀਤਾ ਗਿਆ, ਕੋਰੀਡੋਰ ਦਿੱਤਾ ਗਿਆ, ਲਾਂਘਾ ਦਿੱਤਾ ਗਿਆ। ਅਤੇ ਉਹ ਲਾਂਘਾ ਦੇਣ ਨਾਲ ਪਹਿਲਾਂ ਤਾਂ ਮਤਲਬ ਐਗਰੀਮੈਂਟ ਦੇ ਵਿੱਚ ਹੀ ਕੁਝ ਲੂਜ਼ ਪੋਲ ਛੱਡ ਦਿੱਤੇ ਗਏ, ਜਿਨ੍ਹਾਂ ਨਾਲ ਇਹਨਾਂ ਨੂੰ ਟਾਈਮ ਟੇਬਲ ਲੈਣਾ ਸੌਖਾ ਹੋ ਜਾਵੇ। ਇਹ ਉਸ ਟਾਈਮ ਦੀ ਸਮੇਂ ਦੀ ਸਰਕਾਰ ਵੱਲੋਂ ਲੂਜ਼ ਪੋਲ ਛੱਡੇ ਗਏ, ਉਹ ਲੂਜ਼ ਪੋਲਾਂ ਨੂੰ ਇਹਨਾਂ ਨੇ ਆਧਾਰ ਬਣਾ ਕੇ ਕੋਰਟ ਦੇ ਰਾਹੀਂ ਟਾਈਮ ਟੇਬਲ ਦਿੱਤਾ ਗਿਆ, ਅਤੇ ਸਾਡੇ ਇਤਰਾਜ਼ਾਂ ਨੂੰ ਅੱਖੋਂ ਪਰੋਖੇ ਰੱਖ ਕੇ ਇਹ ਟਾਈਮ ਟੇਬਲ ਦਿੱਤਾ ਗਿਆ, ਜਿਸਦੀ ਬਹੁਤ ਜ਼ਿਆਦਾ ਅਸੀਂ ਨਿਖੇਧੀ ਕਰਦੇ ਹਾਂ। ਇਹ ਟਾਈਮ ਟੇਬਲ ਜਾਰੀ ਹੋਣਾ STU ਦਾ, ਸਰਕਾਰੀ ਬੱਸਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਜੀ।